ਇਸ ਤਰ੍ਹਾਂ ਨੇ ਟਿੱਕੇ ਤਾਂ ਬਹੁਤ ਘੱਟ ਬੰਦਿਆਂ ਖਾਧੇ ਹੋਣਗੇ, ਇਹ ਬੰਦਿਆਂ ਇਹ ਤਾਂ ਖਾਧੇ ਬੜੀ ਕੋਈ ਨਹੀਂ, ਯੂਨੀਕ ਜੀ ਚੀਜ਼ ਹੈ, ਇਹ ਕੋਈ ਬੰਦਿਆਂ ਖਾਧੇ ਹੀ ਨਹੀਂ ਜੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਅਸਲਾਮ ਅਲੈਕੁਮ, ਉਮੀਦ ਹੈ ਕਿ ਸਾਰੇ ਦੋਸਤ ਭੈਣ ਭਰਾ ਬਿਲਕੁਲ ਠੀਕ ਠਾਕ ਹੋ ਸਨ। ਅੱਜ ਜਨਾਬ ਅਸਾਂ ਮੌਜੂਦ ਹਾਂ ਮੰਗਲਾ ਡੈਮ ਨੇ ਬਿਲਕੁਲ ਕਿਨਾਰੇ ਉੱਪਰ, ਸ਼ਾਮ ਦਾ ਟਾਈਮ ਹੈ ਅਲਹਮਦੁਲਿਲਾ, ਚੈੱਕ ਕਰੋ ਤਾਂ ਬੜਾ ਜ਼ਬਰਦਸਤ ਨਜ਼ਾਰਾ ਸੀ। ਤਾਂ ਅਸਾਂ ਆਖਿਆ ਕਿ ਕਿਉਂ ਨਾ ਜਨਾਬ ਮੰਗਲਾ ਡੈਮ ਦੇ ਕਿਨਾਰੇ ਪਰ ਜਾ ਕੇ ਇੰਜੋਏ ਕੀਤਾ ਜਾਏ, ਕੋਈ ਬਾਰਬੀਕਿਊ ਪਾਰਟੀ ਕੀਤੀ ਜਾਏ। ਤਾਂ ਇਸ ਵਜ੍ਹਾ ਤੋਂ ਜਨਾਬ ਅਸਾਂ ਆਏ ਅੱਜ ਮੰਗਲਾ ਡੈਮ ਦੇ ਬਿਲਕੁਲ ਕਿਨਾਰੇ ਉੱਪਰ। ਅਸਾਂ ਜਨਾਬ ਈਦੀ ਨੇ ਦਿਹਾੜੇ 'ਚ ਇੱਕ ਵੀਡੀਓ ਬਣਾਈ ਸੀ, ਉਸ ਸਾਈਡ ਪਰ ਜਾ ਕੇ ਬਾਰਬੀਕਿਊ ਪਾਰਟੀ ਕੀਤੀ ਸੀ। ਉਸ ਦਾ ਜਨਾਬ ਅਸਾਂ ਬਾਰਬੀਕਿਊ ਕੀਤੀ ਤਾਂ ਐਸੀ, ਲੇਕਿਨ ਉਸ ਦਾ ਕੋਈ ਇਸ ਤਰ੍ਹਾਂ ਦੇ ਠੀਕ ਤਰੀਕੇ ਨੇ ਨਹੀਂ ਸੀ ਬਣੀ, ਕਿਉਂਕਿ ਫਸਟ ਟਾਈਮ ਪਹਿਲਾ ਤਜਰਬਾ ਸੀ ਉਸ ਦਾ, ਕੋਈ ਇਸ ਤਰ੍ਹਾਂ ਜ਼ਬਰਦਸਤ ਨਹੀਂ ਸੀ ਬਣੀ। ਅੱਜ ਜਨਾਬ ਅਸਾਂ ਫਿਰ ਸੋਚਿਆ ਕਿ ਅਸਾਂ ਬਾਰਬੀਕਿਊ ਪਾਰਟੀ ਕਰੀਏ, ਕਿਉਂਕਿ ਮੌਸਮ ਜਿਹੜਾ ਅਲਹਮਦੁਲਿਲਾ ਬਿਹਤਰੀਨ ਹੋਇਆ। ਪਹਿਲਾਂ ਤਾਂ ਗਰਮੀ ਬੜੀ ਸੀ, ਲੇਕਿਨ 2-3 ਰੋਜ਼ ਤੋਂ ਬਾਰਿਸ਼ਾਂ ਸ਼ਾਰਿਸ਼ਾਂ ਠੀਕ ਹੋ ਰਹੀਆਂ, ਤਾਂ ਗਰਮੀ ਦੀ ਸ਼ਿੱਦਤ ਵੀ ਥੋੜ੍ਹੀ ਜਿਹੀ ਘੱਟ ਹੋ ਗਈ ਆ। ਪਹਿਲਾਂ ਟੈਂਪਰੇਚਰ 45 ਤੱਕ ਵੀ ਜਾਣਾ ਰਿਹਾ, ਲੇਕਿਨ ਅੱਜ ਨਾਲ ਜਿਹੜਾ ਟੈਂਪਰੇਚਰ ਸੀ ਉਹ ਤਕਰੀਬਨ 30 ਨੇ ਕੋਲ ਕਾਲ ਸੀ। ਤਾਂ ਅੱਜ ਅਲਹਮਦੁਲਿਲਾ ਅਸਾਂ ਜਿਹੜੀ ਰੈਸਿਪੀ ਲੱਭੀ ਹੈ ਬੜੀ ਜ਼ਬਰਦਸਤ ਰੈਸਿਪੀ ਹੈ, ਤਾਂ ਜਨਾਬ ਅਸਾਂ ਉਹ ਰੈਸਿਪੀ ਟਰਾਈ ਕਰਾਂਗੇ, ਠੀਕ ਹੈ। ਤਾਂ ਅੱਜ ਉਮੀਦ ਹੈ ਕਿ ਸਹੀ ਬਣਨੀਆਂ, ਉਸ ਦਾ ਇਤਨੀਆਂ ਖਾਸ ਨਹੀਂ ਸੀ। ਤਾਂ ਹੁਣ ਚੱਲਦੇ ਹਾਂ ਜਨਾਬ ਅਸਾਂ ਆਪਣਾ ਜਿਹੜਾ ਸੈਟਅਪ ਹੈ ਉਹ ਬਣਾਉਂਦੇ ਹਾਂ, ਤਾਂ ਫਿਰ ਸਾਰਾ ਸਿਸਟਮ ਜਿਹੜਾ ਨਾ ਤੁਸੀਂ ਦੱਸਣੇ ਆ। ਤਾਂ ਬਾਕੀ ਅਗਰ ਤੁਸੀਂ ਵੀਡੀਓ ਪਸੰਦ ਆਵੇ ਇਸਕੀ ਲਾਈਕ ਔਰ ਚੈਨਲ ਕੀ ਸਬਸਕ੍ਰਾਈਬ ਕਰ ਛੋੜੋ। ਤਾਂ ਹੁਣ ਚੱਲਦੇ ਹਾਂ ਜਨਾਬ ਅਗਲਾ ਸੈਟਅਪ ਬਣਾਉਂਦੇ ਹਾਂ, ਤਾਂ ਫਿਰ ਇਨਸ਼ਾਅੱਲਾ ਤੁਸੀਂ ਨਾਲ ਨਾਲ ਦੱਸਣੇ ਰਹਾਂਗੇ। ਹਾਂ, ਹਲਕਾ ਬਾਦ ਕ੍ਰਾਸ ਤੋਂ ਸਿੱਧੇ ਆਏ ਹਾਂ ਇਸ ਰੋਡ ਉੱਪਰ, ਅਸਨ ਸਾਹਿਬ ਵੀ ਅਸਾਂ ਨਾਲ ਆਏ ਨੇ। ਤਾਂ ਇਹ ਅਸਾਂ ਮੋਟਰਸਾਈਕਲ ਇੱਥੇ ਲਿਆ ਮੰਗਲਾ ਡੈਮ ਦੇ ਕਿਨਾਰੇ ਉੱਪਰ, ਅਤੇ ਇਹ ਸਮਾਨ ਹੈ ਸਾਡੇ ਕੋਲ। ਚੈੱਕ ਕਰੋ ਵਿਊ, ਮਾਸ਼ਾਅੱਲਾ ਜ਼ਬਰਦਸਤ। ਅਸਾਂ ਇੱਕ ਵਾਰੀ ਨੀਲ ਫੈਰੀ ਝੀਲ ਗਏ ਸਾਂ, ਸੈਮ ਲਾਈਕ ਉਸੇ ਤਰ੍ਹਾਂ ਨਾਲ ਅਸਾਂ ਇਹ ਨਜ਼ਰ ਆ ਰਿਹਾ, ਬਲਕਿ ਉਸ ਨਾਲ ਵੀ VIP ਹੈ ਵਿਊ। ਕਹਿੰਦੇ ਹੋ ਕਿਹੜੀ ਜਗ੍ਹਾ 'ਤੇ ਬਹਿ ਕੇ ਬਣਾਈਏ? ਸਾਹਮਣੇ ਪਾਰ ਚਲੀਏ ਜਾਂ ਇੱਥੇ ਥੱਲੇ? ਇਹ ਅਸਾਂ ਜਗ੍ਹਾ ਸਿਲੈਕਟ ਕੀਤੀ ਹੈ ਜੀ, ਇਹ ਵਾਲੀ। ਅਸਾਂ ਇੱਥੇ ਜਨਾਬ ਹੁਣ ਬਹਿ ਕੇ ਆਪਣੀ ਬਾਰਬੀਕਿਊ ਜਿਹੜਾ ਨਾ ਉਹ ਇਸ ਸਾਈਡ ਪਰ ਬਹਿ ਕੇ ਕਰਾਂਗੇ। ਤਾਂ ਮਾਸ਼ਾਅੱਲਾ ਇਹ ਚੈੱਕ ਕਰੋ, ਇਸ ਸਾਈਡ ਪਰ ਮੰਗਲਾ ਡੈਮ ਦਾ ਨਜ਼ਾਰਾ ਜ਼ਬਰਦਸਤ। ਤਾਂ ਸ਼ਾਮ ਦਾ ਟਾਈਮ ਹੈ, ਚੈੱਕ ਕਰੋ, ਸੂਰਜ ਵੀ ਗਰੂਬ ਹੋਣੇ ਦਾ ਟੁਰ ਗਿਆ, ਟਾਈਮ ਤਕਰੀਬਨ 6:30 ਹੋ ਗਏ। ਤਾਂ ਚੈੱਕ ਕਰੋ ਛੜ ਛੜ ਵੀ ਪੇਨ ਉੱਪਰ, ਇਸ ਸਾਈਡ ਦਾ ਟਰੈਕਟਰ ਵੀ ਆ ਰਿਹਾ ਮੰਗਲਾ ਡੈਮ ਵਾਲੀ ਸਾਈਡ 'ਤੇ। ਮਾਸ਼ਾਅੱਲਾ, ਸਮਾਨ ਕੁਝ ਹੈ ਮੈਂ ਪਹੁੰਚ ਨਹੀਂ, ਕੁਝ ਹੈ ਨਾਲ ਲੱਗਿਆ ਮੋਟਰਸਾਈਕਲਾਂ ਨਾਲ। ਜਗ੍ਹਾ ਅਸਾਂ ਉਹ ਸਿਲੈਕਟ ਕੀਤੀ ਹੈ, ਤਾਂ ਹੁਣ ਇਹ ਸਮਾਨ ਜਿਹੜਾ ਨਾ ਇਹ ਲੈ ਕੇ ਚੱਲਦੇ ਹਾਂ ਅਸਾਂ ਥੱਲੇ। ਬਿਲਕੁਲ ਅਸਾਂ ਜਨਾਬ ਪਾਣੀਆਂ ਦੇ ਕਿਨਾਰੇ ਪਰ ਆ ਗਏ ਹਾਂ। ਇੱਥੇ ਜਨਾਬ ਅਸਾਂ ਹੁਣ ਆਪਣਾ ਸਮਾਨ ਰੱਖਦੇ ਹਾਂ, ਇਹ ਸਮਾਨ ਅਸਾਂ ਆਪਣਾ ਰੱਖ ਛੱਡਿਆ ਇੱਥੇ। ਪਹਿਲਾਂ ਅਸਾਂ ਜਗ੍ਹਾ ਸਿਲੈਕਟ ਕੀਤੀ ਸੀ ਕਿ ਉਸ ਸਾਈਡ ਪਰ ਜਾਵਾਂਗੇ, ਲੇਕਿਨ ਫਿਰ ਅਸਾਂ ਦਾ ਪ੍ਰੋਗਰਾਮ ਬਾਅਦ ਹੀ ਚੇਂਜ ਹੋ ਗਿਆ। ਅਲੀ ਸਾਹਿਬ ਆਖਿਆ ਕਿ ਇਹ ਜਗ੍ਹਾ ਜਿਹੜੀਆਂ ਨੇ ਬਹੁਤ ਬੈਸਟ ਹੈ, ਅਤੇ ਇਸ ਵਜ੍ਹਾ ਤੋਂ ਫਿਰ ਅਸਾਂ ਹੁਣ ਜਗ੍ਹਾ ਸਿਲੈਕਟ ਕੀਤੀ ਹੈ। ਉਹ ਸਾਹਮਣੇ ਉੱਪਰ ਜਿਹੜੀ ਹੈ ਰੋਡ ਹੈ, ਅਤੇ ਇਹ ਰੋਡ ਜਾ ਰਹੀ ਹੈ ਇੱਧਰ ਡਡਿਆਲ ਕੋਟਲੀ ਵਾਲੀ ਸਾਈਡ 'ਤੇ, ਅਤੇ ਇਸ ਸਾਈਡ 'ਤੇ ਹਲਕਾਬਾਦ ਔਰ ਮੀਰਪੁਰ। ਅਤੇ ਹੁਣ ਅਲਹਮਦੁਲਿਲਾ ਅਸਾਂ ਆਪਣਾ ਸਮਾਨ ਸਮਾਨ ਜਿਹੜੀਆਂ ਇਸਦੀਆਂ ਤਿਆਰੀਆਂ ਸ਼ਿਆਰੀਆਂ ਕਰਦੇ ਹਾਂ, ਕਿਉਂਕਿ ਇਸਦੀ ਸੈਟਿੰਗ ਵੀ ਪ੍ਰੋਪਰ ਤਰੀਕੇ ਨਾਲ ਕਰਨੀ ਹੈ। ਇਹ ਸਮਾਨ ਹੈ, ਅਤੇ ਇਹ ਕੋਲੇ ਵਿੱਚ ਪੇਨ, ਅਤੇ ਉਸ ਤੋਂ ਬਾਅਦ ਇਹ ਜਨਾਬ ਸਟੈਂਡ ਵੀ ਆਉਂਦੇ ਆ ਅਸਾਂ। ਤਾਂ ਬਾਕੀ ਅਲੀ ਸਾਹਿਬ ਅਤੇ ਅਸਨ ਸਾਹਿਬ ਸਮਾਨ ਲੈ ਕੇ ਆ ਰਹੇ ਨੇ। ਇਹ ਚੈੱਕ ਕਰੋ, ਇਸ ਸਾਈਡ ਉੱਪਰ ਕੁਝ ਸਮਾਨ ਹੈ, ਅਤੇ ਹੁਣ ਅਸਾਂ ਤਿਆਰੀ ਕਰਾਂਗੇ ਆਪਣਾ ਜਿਹੜਾ ਸਮਾਨ ਹੈ ਇਸਕੀ ਹੁਣ ਤਰਤੀਬ ਨਾਲ ਲਾਂਗੇ। ਪਹਿਲਾਂ ਅਸਾਂ ਇੱਥੇ ਸਮਾਨ ਰੱਖਿਆ, ਲੇਕਿਨ ਅਲੀ ਸਾਹਿਬ ਰਿਜੈਕਟ ਕਰ ਛੱਡਿਆ, ਉਹਨਾਂ ਆਖਿਆ ਨਹੀਂ ਇਹ ਜਗ੍ਹਾ ਠੀਕ ਨਹੀਂ। ਅਤੇ ਅਸਾਂ ਹੁਣ ਇਸ ਸਾਈਡ ਉੱਪਰ ਦਰੀ ਜਨਾਬ ਚੁੱਕਾ ਲੈ ਕੇ ਜਾਂਦੇ ਹਾਂ, ਇੱਥੇ ਜਨਾਬ ਹੁਣ ਅਸਾਂ ਸਮਾਨ ਜਿਹੜਾ ਨੇ ਸ਼ਿਫਟ ਕਰਨੇ ਆ। ਸਮਾਨ ਜਿਹੜਾ ਅਸਾਂ ਹੁਣ ਮੂਵ ਕਰਨੇ ਆ, ਪਹਿਲਾਂ ਇੱਥੇ ਰੱਖਿਆ ਸੀ। ਇਹ ਕਿਆ ਵਜ੍ਹਾ ਹੋਈ ਹੈ ਫੀ ਸਾਹਿਬ, ਤੁਸੀਂ ਇੱਥੋਂ ਜਿਹੜਾ ਸਮਾਨ ਚੁੱਕ ਇੱਥੇ ਰੱਖਿਆ, ਇਹ ਕਿਆ ਵਜ੍ਹਾ ਹੋਈ ਹੈ? ਉਸ ਦੀ ਵਜ੍ਹਾ ਇਹ ਹੈ ਕਿ ਤੁਸੀਂ ਰਿਜੈਕਟ ਕਰ ਛੱਡਿਆ, ਤੁਸੀਂ ਆਖਿਆ ਕਿ ਇਸ ਨੇ ਥੱਲੇ ਰੇਤ ਹੈ। ਇਹ ਰੇਤ ਕਿਆ ਵੀ ਬੋਟੀਆਂ ਹੋਟੀਆਂ ਪੈਸੇ ਤਾਂ ਖਰਾਬ ਹੋ ਜਾ ਸਨ। ਉਹ ਹੀ ਹੈ ਨਾ, ਤੁਸੀਂ ਬਸ ਰਿਜੈਕਟ ਕਰ ਛੱਡਿਆ, ਮੈਂ ਕਿਹਾ ਚਲੋ ਕੋਈ ਮਸਲਾ ਨਹੀਂ, ਹੁਣ ਅਸੀਂ ਇਸ ਸਾਈਡ ਪਰ ਰਹਿੰਦੇ ਹਾਂ। ਵਾਹ ਵੀ ਲੱਗੀ ਹੈ, ਠੰਡੀ ਠੰਡੀ ਝੁੱਲਣ, ਪੂਰਾ ਮਾਹੌਲ ਹੈ ਜੀ ਇੱਥੇ। ਦਰੀ ਇਸ ਹੁਣ ਇੱਥੇ ਰੱਖ ਛੱਡੀ ਹੈ, ਕਿੱਥੇ ਰੱਖੀ ਹੈ ਲਈ? ਇਹ ਰੱਖੋ ਨਾ ਕੋਈ ਸਹੀ ਜਗ੍ਹਾ ਦਾ, ਇਹ ਇੱਥੇ ਰੱਖਣੀ ਆ ਫਰੰਟ ਪਰ। ਹਾਂ ਸਹੀ ਹੈ, ਇਹ ਐਸੀ ਵਾਹ ਪਰ ਇੱਥੇ ਅਸਾਂ ਰੱਖੀ ਹੈ ਜਨਾਬ। ਤਾਂ ਬਾਕੀ ਵੀ ਸਮਾਨ ਅਸਾਂ ਇਸ ਸਾਈਡ ਪਰ ਕਰਨੇ ਆ। ਇਹ ਕੋਲੇ ਸਭ ਤੋਂ ਪਹਿਲਾਂ ਇਹਨਾਂ ਦੀ ਸੈਟਿੰਗ ਕਰੀਏ, ਕੋਲੇ ਇੱਥੇ ਰੱਖੀਏ। ਅਤੇ ਇਹ ਸੀਹਾਂ 4 ਸਾਨੀਆਂ ਸੀਹਾਂ ਇਹਦੀਆਂ, ਅਤੇ ਇਹਨਾਂ ਦੀ ਵੀ ਸਾਈਡ ਪਰ ਰੱਖਦੇ ਹਾਂ। ਬਾਕੀ ਕੁਝ ਇਹ ਵਾਲਾ ਸਮਾਨ ਅਸਾਂ ਆਉਂਦੇ ਆ ਨਾਲ, ਬਾਕੀ ਜਿਹੜਾ ਸਮਾਨ ਹੈ ਬਾਰਬੀਕਿਊ ਵਾਲਾ ਉਹ ਸਾਰਾ ਇਸ ਛਾਪਰੇ 'ਚ ਅਸਾਂ ਆਉਂਦੇ ਆ, ਅਤੇ ਇਸਕੀ ਇੱਥੇ ਸਾਈਡ ਪਰ ਰੱਖ ਹੋਣੇ ਆ। ਬਾਕੀ ਅਸਲ ਜਿਹੜੀ ਚੀਜ਼ ਹੈ ਨਾ ਬਾਰਬੀਕਿਊ ਵਾਲਾ ਗੋਸ਼ਤ, ਉਹ ਵੀ ਅਸਾਂ ਆਉਂਦੇ ਆ ਵਾਲਾ, ਇਹ ਗੋਸ਼ਤ ਹੈ, ਅਤੇ ਇਸਕੀ ਹੁਣ ਸਾਈਡ ਪਰ ਰੱਖਦੇ ਹਾਂ। ਅਤੇ ਬਾਕੀ ਇਨਸ਼ਾਅੱਲਾ ਹੁਣ ਆਪਣਾ ਜਿਹੜਾ ਸੈਟਅਪ ਹੈ ਕੰਪਲੀਟ ਕਰਨੇ ਆ, ਅਤੇ ਫਿਰ ਇਨਸ਼ਾਅੱਲਾ ਅਗਲਾ ਸੀਨ ਤੁਸੀਂ ਦੱਸਦੇ ਹਾਂ। ਸਭ ਤੋਂ ਪਹਿਲਾਂ ਅਸਾਂ ਗੋਸ਼ਤ ਹੈ ਜਿਹੜਾ ਇਹ ਅਸਣੀ 'ਚ ਪਾਉਂਦੇ ਹਾਂ, ਅਸਾਂ ਬਰਤਨ ਆਉਂਦੇ ਹਾਂ ਨਾਲ, ਇਸ ਡੋਂਗੇ 'ਚ ਪਈਏ ਸਭ ਤੋਂ ਪਹਿਲਾਂ ਗੋਸ਼ਤ। ਇਹ ਕਿਤਨਾ ਗੋਸ਼ਤ ਆਉਂਦਾ ਸੀ ਅਲੀ ਸਾਹਿਬ? ਵੇਲਾ ਇਹ ਹੈ 1 ਕਿਲੋ, 1 ਕਿਲੋ ਗੋਸ਼ਤ ਹੈ। ਅਤੇ ਉਸ ਤੋਂ ਬਾਅਦ ਅਸਾਂ ਕੋਲ ਮਸਾਲਾ ਜਿਹੜਾ ਇਹ ਮਸਾਲਾ ਵਾ ਚਿਕਨ ਤੰਦੂਰੀ ਮਸਾਲਾ। ਉਸ ਤੋਂ ਬਾਅਦ ਅਸਾਂ ਕੋਲ ਇਹ ਕੈਚਅਪ ਹੈ, ਠੀਕ ਹੈ, ਇਹ ਕੈਚਅਪ ਹੈ ਅਸਾਂ ਕੋਲ।
ਤੇ ਉਸ ਤੋਂ ਬਾਅਦ ਜਨਾਬ ਅਸਾਂ ਕੋਲ ਇੱਥੇ ਖੀਰਾ, ਸ਼ਿਮਲਾ ਮਿਰਚ, ਟਮਾਟਰ, ਪਿਆਜ਼, ਨਿੰਬੂ। ਇਹ ਜਿਹੜੀ ਰੈਸਪੀ ਹੈ ਅਸਾਂਗੀ ਜਨਾਬ ਯੂਕੇ ਤੋਂ, ਪਾਪਾ ਨਵੀਰ ਜਣੇ ਨੇ ਯੂਕੇ ਹੋਣੇ ਨੇ ਉਹਨਾਂ ਦਿੱਤੀ ਸੀ, ਕਿਉਂਕਿ ਅਸੀਂ ਤਕਰੀਬਨ ਇੱਕ ਮਹੀਨਾ ਪਹਿਲਾਂ ਇਹ ਮੰਗਲਾ ਡੈਮ ਦੇ ਕਿਨਾਰੇ ਪਰ ਅਸਾਂ ਬਾਰਬੀਕਿਊ ਪਾਰਟੀ ਕੀਤੀ ਸੀ, ਠੀਕ ਹੈ, ਲੇਕਿਨ ਉਹ ਅਸਾਂ ਕੋਲ ਸਹੀ ਤਰੀਕੇ ਨਾਲ ਨਹੀਂ ਸੀ ਬਣੀਆਂ, ਤਾਂ ਇਸ ਵਜ੍ਹਾ ਤੋਂ ਜਨਾਬ ਅਸਾਂਗੀ ਕੋਈ ਇਤਨਾ ਖਾਸ ਤਜਰਬਾ ਨਹੀਂ ਸੀ ਉਸ ਦਿਹਾੜਾ, ਲੇਕਿਨ ਫਾਈਨਲੀ ਜਿਹੜੀ ਹੈ ਨਾ ਅੱਜ ਅਸਾਂਗੀ ਜਨਾਬ ਰੈਸਪੀ ਵੀ ਲੱਭ ਗਈ। ਅਸਾਂ ਨੇ ਪਾਪਾ ਨਵੀਰ ਨੂੰ ਉਹਨਾਂ ਰੈਸਪੀ ਦਿੱਤੀ ਆ, ਉਹਨਾਂ ਆਖਿਆ ਕਿ ਤੁਸੀਂ ਇਹ ਰੈਸਪੀ ਟਰਾਈ ਕਰੋ, ਤਾਂ ਇਨਸ਼ਾਅੱਲਾ ਅੱਜ ਅਸੀਂ ਰੈਸਪੀ ਟਰਾਈ ਕਰਾਂਗੇ ਔਰ ਚੈੱਕ ਕਰਾਂਗੇ ਕਿ ਇਸ ਰੈਸਪੀ 'ਚ ਕਿਹੜਾ ਟੇਸਟ ਹੋਣਾ ਹੈ, ਤਾਂ ਬੜੀ ਯੂਨੀਕ ਜੀ ਇਹ ਰੈਸਪੀ ਲੱਗ ਰਹੀ ਅਸਾਂਗੀ, ਤਾਂ ਬਾਕੀ ਇਨਸ਼ਾਅੱਲਾ ਹੁਣ ਅਸਾਂ ਆਪਣੀ ਤਿਆਰੀ ਸ਼ਿਆਰੀ ਕਰਨੇ ਹਾਂ, ਤਾਂ ਫਿਰ ਇਨਸ਼ਾਅੱਲਾ ਤੁਸੀਂ ਦੱਸਣਾ। ਹੈ ਅਲੀ ਸਾਹਿਬ ਜਨਾਬ ਗੋਸ਼ਤ ਕੱਢਿਆ, ਤਾਂ ਅਸਾਂ ਆਖਿਆ ਕਿ ਇਸ ਕੀ ਹੁਣ ਧੋ ਵੀ ਲਵੀਏ, ਹੁਣ ਨਿਚੋੜੀਏ ਇਸ ਕੀ। ਹੁਣ ਜਿਹੜੀ ਅਸਲ ਚੀਜ਼ ਆ ਰੈਸਪੀ ਹੁਣ ਲੱਗ ਸੀ, ਤੇ ਅਲੀ ਸਾਹਿਬ ਜਨਾਬ ਆਪਣੇ ਹੱਥਾਂ ਨਾਲ ਰੈਸਪੀ ਲਾਣਗੇ, ਕਹਿੰਦੇ ਹੋ ਸਹੀ ਹੈ, ਅੱਜ ਪਤਾ ਲੱਗ ਜਾ ਤੁਸਾਂ ਨਾਲ ਜੀ, ਪਤਾ ਲੱਗ ਜਾ ਵਾਕਈ ਕੋਈ ਤਿੱਕੇ ਬਣੇ ਨੇ, ਇਹਨਾਂ ਵਿਵਸਾਇ ਦਿਹਾੜੇ ਵਾਲਾ ਕੰਮ ਹੋ ਜਾਏ। ਵੈਸੇ ਤਾਂ ਅਲਹਮਦੁਲਿਲਾ ਜਿਹੜੀ ਅਸੀਂ ਰੈਸਪੀ ਲੱਭੀ ਆ ਨਾ, ਇਹ ਤਾਂ ਪਤਾ ਲੈਣਾ ਕੋਈ VIP ਚੀਜ਼ ਹੈ, ਕਹਿੰਦੇ ਹੋ ਜੀ ਜੀ। ਮਸਾਲਾ ਕਿਤਨਾ ਵਾ ਹੈ, ਇਹ ਮਸਾਲਾ ਹੁਣ ਤੁਸੀਂ ਪਾਉਣਾ, ਮੀਂਹ ਤਾਂ ਕੋਈ ਅੰਦਾਜ਼ਾ ਨਹੀਂ। ਚਲੋ ਬਾਹਰ ਛੱਡਨੇ ਆ ਫਿਰ, ਅੱਧਾ ਬਾਹ ਪੂਰਾ। ਇਹ ਕਿਲੋ ਗੋਸ਼ਤ ਹੈ ਤਾਂ ਤਕਰੀਬਨ ਚੈੱਕ ਕਰ ਲਵੋ, ਥੋੜ੍ਹਾ ਪਾਓ, ਜ਼ਿਆਦਾ ਨਹੀਂ ਪਾਉਣਾ, ਇਹ ਨਾ ਹੋਵੇ ਮਿਰਚਾਂ ਜ਼ਿਆਦਾ ਹੋ ਜਾਣ, ਜ਼ਿਆਦਾ ਮਜ਼ੇ ਨਾ ਉਸੇ ਨਾ, ਜ਼ਿਆਦਾ ਮਿਰਚਾਂ ਜ਼ਿਆਦਾ ਮਜ਼ੇ ਨਾ। ਚਲੋ ਵੀ ਥੋੜ੍ਹਾ ਰਹਿਣ ਦੇਣੇ ਆ ਨਾ, ਹਾਂ ਵੀ ਥੋੜ੍ਹਾ ਜਿਹਾ ਰਹਿਣ ਦਿਓ। ਬਾਕੀ ਕਿਆ ਚੀਜ਼ ਐਡ ਕੀਤੀ ਹੈ? ਸਭ ਤੋਂ ਪਹਿਲਾਂ ਗੋਸ਼ਤ ਹੈ ਜੀ, ਮਸਾਲਾ ਜੀ, ਇਸਕੀ ਥੋੜ੍ਹਾ ਲਾ ਨਹੀਂ ਗਏ, ਇਸਕੀ ਥੋੜ੍ਹਾ ਮਿਕਸ ਕਰੋ, ਇੱਕ ਵਾਰੀ ਕਰੀਏ, ਦਹੀਂ ਪਾ ਗਿਆ, ਬਲਕਿ ਪਹਿਲਾਂ ਤੁਸੀਂ ਇੰਝ ਕਰੋਗੇ, ਕਿਆ ਆਉਂਦੇ ਹੋ ਤੁਸੀਂ? ਮੈਂ ਆਉਣਾ ਦਹੀਂ ਥੋੜ੍ਹਾ ਬਾਹਰ ਆਉਣਾ। ਅੱਛਾ, ਫਿਰ ਨਿੰਬੂ ਨਿਚੋੜਾ, ਫਿਰ ਮਿਕਸ ਕਰਾਂ। ਚਲੋ ਦਹੀਂ ਪਾ ਲਵੋ ਵਿੱਚ, ਇਹ ਦਹੀਂ ਬਾਹਨੇ ਆ ਤਾਂ ਥੋੜ੍ਹਾ ਜਿਹਾ ਪੈਣਾ ਜੀ ਦਹੀਂ। ਅੱਛਾ, ਜ਼ਿਆਦਾ ਨਹੀਂ ਜੀ। ਚਲੋ ਬਾਕੀ ਹੁਣ ਅਸਾਂ ਪਿਛਲੀ ਵਾਰ ਜਿਹੜੀ ਮਿਸਟੇਕ ਅਸਾਂ ਕੀਤੀ ਸੀ, ਅਸਾਂ ਆਇਲ ਕੌਣ ਸੀ ਪਾਇਆ ਵਿੱਚ, ਇਸ ਵਜ੍ਹਾ ਤੋਂ ਸੜੀਆਂ ਸੀ ਬੋਟੀਆਂ, ਬੋਟੀਆਂ ਸੜ ਗਈਆਂ ਸਨ, ਅੱਜ ਆਇਲ ਵੀ ਜਨਾਬ ਆਉਂਦੇ ਆ, ਅੱਜ ਥੋੜ੍ਹਾ ਬਾਹਣੇ ਆ। ਅਸਾਂ ਕੀ ਤਾਂ ਉਸ ਤੁਹਾਡਾ ਬਿਲਕੁਲ ਆਈਡੀਆ ਕੌਣ ਸੀ, ਅਸਾਂ ਤਾਂ ਸਿਰਫ ਬੋਟੀਆਂ ਕੀ ਮਸਾਲਾ ਲਾ ਛੜਿਆ ਸੀ, ਅਸਾਂ ਹੀ ਕਿਹਾ ਪਤਾ ਸੀ ਦਹੀਂ ਵੀ ਇਸ ਨੇ ਪੈਣਾ ਹੈ, ਤੇ ਉਸ ਤੋਂ ਬਾਅਦ ਆਇਲ ਵੀ ਇਸ ਨੇ ਪੈਣਾ, ਅਸਾਂ ਇਹਨਾਂ ਚੀਜ਼ਾਂ ਦਾ ਪਤਾ ਹੀ ਕੌਣ ਸੀ, ਬਿਲਕੁਲ ਨਹੀਂ ਸੀ ਬਿਲਕੁਲ ਪਤਾ। ਤਾਂ ਹੁਣ ਨਿੰਬੂ ਨਿਚੋੜੀਏ, ਇਹ ਛੁਰੀ ਨਹੀਂ ਕੱਪਣੀ ਵੀ, ਤਾਂ ਕਿਆ ਵਜ੍ਹਾ ਖੁੰਡੀ ਹੈ, ਹਾਂ ਹੋਏ ਹੋਏ ਹੋਏ, ਇਹ ਨਿੰਬੂ ਨਿਚੋੜਨਾ ਪਿਆ ਜੀ, ਬੂਹੇ ਇੱਕ ਹੀ ਨਹੀਂ, ਦੋ ਪਾ ਛੱਡੋ, ਟੇਸਟ ਟੇਸਟ ਬਣ ਜਾਏਗਾ। ਮਾਸ਼ਾਅੱਲਾ ਜੀ, ਖੁਸ਼ਬੂ ਤਾਂ ਬੜੀ ਜ਼ਬਰਦਸਤ ਆ ਰਹੀ ਹੈ ਨਿੰਬੂਆਂ ਦੀ, ਬਹੁਤ ਹੈ ਨਾ, ਤਾਂ ਹੁਣ ਅਸੀਂ ਮਿਕਸਿੰਗ ਕਰਨੇ ਆ, ਚੈੱਕ ਕਰੋ ਜੀ, ਇਸ ਕੇ ਹੁਣ ਮਿਕਸ ਕਰੋ ਸਹੀ। ਫਿਰ ਸਾਹਿਬ ਇਸੇ ਕਿੰਨਾ ਟਾਈਮ ਛੋੜਨਾ ਪੈਸੀ ਇਸਕੀ? ਤਕਰੀਬਨ ਅੱਧਾ ਘੰਟਾ, ਅੱਧਾ ਘੰਟਾ, ਆਈ ਥਿੰਕ ਅੱਧਾ ਘੰਟਾ। ਤੁਸੀਂ ਇਸ ਤੋਂ ਪਹਿਲਾਂ ਕਦੇ ਬਣਾਈ ਹੈ ਜਾਂ ਨਾ? ਅਸਾਂ ਪਹਿਲੀ ਵਾਰੀ ਅੱਗੇ ਕੀਤਾ ਸੀ ਤੁਸਾਂ ਨਾਲ ਮੰਗਲਾ ਡੈਮ ਵਿੱਚ, ਉਹ ਫਸਟ ਤਜਰਬਾ ਸੀ, ਉਸ ਤੋਂ ਬਾਅਦ ਹੁਣ ਜਨਾਬ ਦੂਆ ਗਾ, ਉਹ ਵੀ ਤੁਸੀਂ ਸਾਰਾ ਕਰ ਰਹੇ ਹੋ, ਮੀਂਹ ਤਾਂ ਫਿਰ ਵੀ ਕੋਈ ਪਤਾ ਨਹੀਂ, ਅੱਜ ਮੈਂ ਤੁਸੀਂ ਤੱਕਾਂਗਾ, ਹੁਣ ਜਦੋਂ ਇਨਸ਼ਾਅੱਲਾ ਨੈਕਸਟ ਬਣਾਈ ਨਾ, ਉਦੋਂ ਫਿਰ ਮੈਂ ਬਣਾਵਾਂਗਾ ਰੈਸਪੀ, ਮੈਂ ਲਾਵਾਂਗਾ। ਬੋਟੀ ਪਸੰਦ ਆ ਕੋਣੀ? ਪਸੰਦ ਹੈ ਨਾ, ਰੋਟੀ ਵੀ ਲਾਈਏ ਜਾਂ ਨਹੀਂ? ਰੋਟੀ ਹੋਣੀ ਚਾਹੀਦੀ ਹੈ, ਰੋਟੀ ਵੀ ਇਨਸ਼ਾਅੱਲਾ ਪਤਾ ਕਰਾਂਗੇ, ਕਿਉਂਕਿ ਜਾਸੋ ਮੋਟਰਸਾਈਕਲ ਦਾ ਤਾਂ ਰੋਟੀ ਚਾਹਣੀ ਹੈ, ਠੀਕ ਹੈ ਨਾ, ਉੱਠ ਲੈ ਤੂੰ, ਅਤੇ ਨਾਲ ਹੋਰ ਘਾਣ ਸੋ ਬਰਗਰ ਆਉਣਾ ਨਾਲ, ਸਹੀ ਹੋ ਗਿਆ। ਅਸਾਂ ਜਾਸੀ ਜਨਾਬ ਰੋਟੀਆਂ ਲੈਣ ਮੋਟਰਸਾਈਕਲ ਹੈ, ਮਸਾਲਾ ਤੱਕੋ ਜੀ ਅਸਾਂ ਨਾਲ, ਬਹੁਤ ਹੀ ਜ਼ਬਰਦਸਤ ਸਹੀ ਖੁਸ਼ਬੋ, ਅਤੇ ਉਮੀਦ ਹੀ ਹੈ ਕਿ ਬਹੁਤ ਟਾਪ ਕਲਾਸ ਨੇ ਜਿਹੜਾ ਨਾ ਬੋਟੀ ਬਣਾ ਗਈ। ਬਾਕੀ ਇਹ ਰੈਸਪੀ ਤਾਂ ਅਲਹਮਦੁਲਿਲਾ ਲੱਗ ਗਈ ਹੈ, ਚੈੱਕ ਕਰੋ ਤੁਸਾਂ, ਸਹੀ ਹੈ ਜਿਹੜਾ ਕੋਇਲਾ ਇਹ ਥਾਂ ਕੀਤੀ ਰੱਖਣੇ ਆ। ਹੁਣ ਅਗਲਾ ਕੰਮ ਜਿਹੜਾ ਨਾ ਹੁਣ ਸਟਾਰਟ ਕਰਨੇ ਆ ਅਸਾਂ, ਕੋਲਾ ਚੈੱਕ ਕਰ ਲਵੋ, ਜਿਤਨਾ ਜ਼ਰੂਰਤ ਹੈ ਉਤਨਾ ਪਾ ਲਵੋ, ਤੁਸੀਂ ਮਾੜੀ ਆਈਡੀ ਦੇ ਮੁਤਾਬਕ ਪਾ ਛੜੋ, ਥੋੜ੍ਹਾ ਹੋਰ ਪਾ ਛੜੋ,
कोला पै गया इसने अंदर, यह चेक करो जी कोला शोला पै गया। तो हूँ अगला क्या प्रोसेस है? लाने अग 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 लाने वास्ते कोई चीज़ आती है ना? माचिस आती है जी, एक मिनट नहीं नहीं माचिस आती सी, पक्की गल है उस दड़ा पे पहला आए सा कौन सी याद रही, इस वजह से मैं ख्या माचिस जी अज लै के जाइए, पहला एक बार असा बना लगे सू माचिस ही कौन सी आती मेन चीज़। तो बाकी पेट्रोल शट्रोल है ना इतना, तो हवा भी लगी है चुलन, पेट्रोल मोटरसाइकिल भी बिल्कुल कोल आते चलो दूर सी उस दड़ा सब परखला आए सन। यह जी माचिस है, पहला असा जिस दड़ा बनाई सी ते उस दड़ा असं माचिस भुल गए सर, ठीक है फिर असं आननी पई सी। बाकी पेट्रोल ने क्या आने फिर मोटरसाइकिल कहना पैसे अभी तो जनाब असा मोटरसाइकिल इतने खिलाए है इतों ईजी है कट का आना, उस दड़ा असा मोटरसाइकिल भी वो मंगला डैम नहीं रोडा पर खिला के आए सा, छापड़ दे छोड़ो चलो इसने पेट्रोल कट के लैके आने असा है माचिस बोल दवो ऐसा पुजे जी अपने मोटरसाइकिल को असा हूँ पेट्रोल इसने चु कड़ना वा ये भी इतना ही दसी है जगाड़ मोटरसाइकिल है इसने जो असं तेल क्ढा सब तो पहला तेल जरा ऑफ करने इसना ते उस तो बाद पैप लगे है पैप लै गया ऐसा हूँ मोटरसाइकिल जो तेल लगे क्ढन ये है चेक करो ऐ पेट्रोल आवन लग पे इसने बिच हूँ हिसाब नहीं क्ढे महंगा हो गया बड़ा ये तो छापर भी लीक है मकासो दो सौ फिर एक मिनट ये बग जासी ओए होए होए तो बगना पे ना जाकर डोलो चलो जी असा थोड़ा कांडी ना देखे छापर भी देखे छापर जो बगन लग पे पेट्रोल आंदा सी मोटरसाइकिल जो कट के डुल डुल गया जी पेट्रोल हूँ छापर भी साठ छोड़ो अग लो ना खैर ही लग जासी पेट्रोल पता ना पेट्रोल अग बड़ी जल्दी पैनी है ऐ तो की है किस तरह अग पई है ओए होए होए वाह बहुत तेज है साइड तक कर लो बस हूँ ठीक हो गया जी दुआ करो सारिया कोलियां अग लग जाए प्रोसेस है अगला हूँ बोटियां लाने हैं जी और क्या प्याज छिलने हैं अच्छा तो बोटियां लाइए माशाल्लाह जी मसाला चेक करो तैयार हो गया सही अद्धा घंटा असा रखा सी ते उस तो बाद अग भी नहीं सी बलनी पी तो अग बड़िया औखा होकर बाली है प्याज है कटिया इसकी शिमला मिर्च है एक है रेसिपी है जी एक है रेसिपी है थोड़ा बहुत दसो ना सही नाल नाल हूँ कट रहे हैं टमाटर इसी पीस करने ये कोई यूनिक जी नज़र आ रही है रेसिपी बस टेस्ट ही बनना ना चलो जी हूँ चेक करने हैं कैसा टेस्ट उसी ऐसी हाँ लिया जी तैयार हूँ हाँ ये कितनी इतनी बूटियाँ लासो जितनी सौखियाँ लग गई बूटी लाई है फिर जनाब शिमला मिर्च अच्छा अच्छा फिर लाया टमाटर फिर क्या रह गया प्याज ए प्याज है जी इस तरह ने टिक्के का बहुत घट बंदियां खाधे होंगे ये तो बड़ी यूनिक जी चीज है ये बहुत घट खाधे होंगे ने यकीनन या जिस भी बनाए हुए घर ही बनाए होंगे रेस्टोरेंट आंदे तो इधर बहुत घट मिलने ने कहने मीरपुर च उसी है चीज मीरपुर च हो सकना है लेकिन मुश्किल ही असा तो नहीं रखी अजे तक मुश्किल ही है माशाल्लाह असा सीहां जड़ियां पर रखनियां ऐ चेक करो इन्हां नाल असा टमाटर प्याज शिमला मिर्च और बोटियां ला के रखियां ऐ चेक करो तो बाकी तो को नेरा पै गया सही ते वो सामने मंगला डैम ने उपर जो लाइटा लगिया वो भी चेक करो भी ऑन हो गई तो माशाल्लाह बड़ा जबरदस्त व्यू है माशाल्लाह बड़िया जबरदस्त बूटियां तैयार हो रही चेक करो इन्हों कलर ते आज लाने लग पे हूँ जनाब आइल भी लग रहा नाल कलर तो बड़ा जबरदस्त आ रहा बूटियां जबरदस्त जी बूटियां भी यकीनन सही बननी पता नहीं लगना हूँ तको अगला सीन क्या उसी जड़ी स्मेल लगी है जी स्मेल तो माशाल्लाह कमाल नहीं स्मेल आ रही है जी ए देखो माशाल्लाह उस दड़ा जनिया बनाइया सी ना वो इतनी देरी सड़ना स्टार्ट हो गई सी मेरे उस दड़ा आयल कौन सी लिया था वास्ते जी जी मैंने आयल तो लाया थी लेकिन बाया कौन सी क्या लुक देती है जबरदस्त हो गई माशाल्लाह चेक करो जी असानियां सीहां जड़ियां तैयार हो गई
ਹੁਣ ਖਾ ਕੇ ਟੇਸਟ ਕਰਾਂਗੇ ਕਿ ਬਣੀਆਂ ਹੁਣ ਕਿਸ ਤਰ੍ਹਾਂ ਦੀਆਂ, ਕਿਹੋ ਕੋ ਮਜ਼ਾ ਇਹਨਾਂ ਨਾਲ, ਕਹਿਣ ਵਾਲੀ ਸਾਹਿਬ ਮਜ਼ਾ ਆਵੇਗਾ ਨਾ ਜੀ ਜੀ ਆਪ ਜੀ। ਤਿਆਰ ਹੋ ਗਈਆਂ ਨੇ ਬੋਟੀਆਂ, ਹੁਣ ਇਸ ਕੀ ਲਓ ਨਾ ਛਾਪਰਾ ਭਰੀ ਰੱਖੋ ਛਾਪਰਾ ਭਰੀ। ਅੱਜ ਪਲੇਟ ਆਣੇ ਨੇ ਅਸੀਂ ਕੋਈ ਯਾਦ ਰਹੀ, ਇਹ ਰੋਟੀਆਂ ਜਨਾਬ ਅਸਾਂ ਆਖਿਆ ਕਿ ਦੇਸੀ ਤਰੀਕੇ ਨਾਲ ਕਰੀਏ ਕਿਉਂਕਿ ਅਸਾਂ ਪਲੇਟ ਸ਼ਲੇਟ ਤਾਂ ਕੋਈ ਆਉਂਦੀ ਕਹਿਣੇ ਵਾਲੀ ਸਾਹਿਬ ਅਤੇ ਅਸਾਂ ਜਨਾਬ ਇਸ ਤਰ੍ਹਾਂ ਰੋਟੀਆਂ ਰੱਖੀਆਂ ਨਾ, ਅੱਜ ਅਸਾਂ ਕੋਈ ਯੂਨੀਕ ਜਿਹੇ ਤਰੀਕੇ ਨਾਲ ਕਰ ਰਹੇ ਹਾਂ ਨਾ ਸਿਸਟਮ, ਇਸ ਵਜ੍ਹਾ ਤੋਂ ਬੋਟੀਆਂ ਲੈ ਆਵੋ ਜੀ। ਹੁਣ ਤਿਆਰ ਹੋ ਗਈਆਂ, ਇਹ ਆ ਗਈਆਂ ਜੀ ਬੋਟੀਆਂ। ਬਹੁਤ ਗਰਮ ਹਨ ਜੀ, ਕੋਈ ਚੀਜ਼ ਕੋਈ ਨਹੀਂ ਇੱਥੇ ਪਈ, ਅਖਬਾਰਾਂ ਨਾਲ ਲਓ ਜੀ, ਚੈੱਕ ਕਰੋ ਜੀ ਮਾਸ਼ਾਅੱਲਾ। ਇਸਾ ਬੋਟੀਆਂ ਤਾਂ ਬੜੀਆਂ ਜ਼ਬਰਦਸਤ ਬਣੀਆਂ, ਬੜੀਆਂ ਜ਼ਬਰਦਸਤ ਹੈ, ਨਾਲ ਇਹ ਦੇਸੀ ਮਾਹੌਲ ਹੋ ਗਿਆ ਪੂਰਾ ਰੋਟੀਆਂ ਉੱਪਰ। ਐ ਤੱਕੋ ਜੀ ਬੋਟੀਆਂ ਹੋਰ ਨਾ ਲਾਣਗੇ, ਬੋਟੀਆਂ ਪਈਆਂ ਹੋਰ ਹੋਰ ਰੱਖ ਛੱਡੋ ਉੱਪਰ ਜਾ। ਅਲੀ ਸਾਹਿਬ ਬੋਟੀਆਂ ਤਾਂ ਤਿਆਰ ਹੋ ਗਈਆਂ, ਤਾਂ ਹੁਣ ਚੈੱਕ ਕਰੋ ਟੇਸਟ ਕਰੋ ਕੈਸਾ ਟੇਸਟ ਹੈ ਇਹਨਾਂ ਨਾਲ, ਇਹ ਚੈੱਕ ਕਰੋ ਟਰਾਈ ਕਰੋ ਹਾਲਾ ਟੇਸਟ ਇਹਨਾਂ ਦਾ ਕਿਸ ਤਰ੍ਹਾਂ ਦਾ। ਗਰਮ ਬਹੁਤ ਜ਼ਿਆਦਾ ਗਰਮ ਹਨ, ਹਸਨ ਸਾਹਿਬ ਕੀ ਗਰਮ ਲੱਗਣ ਲੱਗ ਪਈਆਂ ਨੇ, ਕਹਿੰਦੇ ਜ਼ਬਰਦਸਤ ਟੇਸਟ ਹੈ, ਬਹੁਤ ਜ਼ਬਰਦਸਤ ਹੈ ਜੀ, ਰੈਸਪੀ ਪਾਸ ਹੈ, ਜ਼ਬਰਦਸਤ ਹੈ, ਜ਼ਬਰਦਸਤ ਹੈ ਮਾਸ਼ਾਅੱਲਾ ਜੀ, ਜ਼ਬਰਦਸਤ ਹੋ ਗਿਆ, ਮਜ਼ਾ ਆ ਗਿਆ ਜੀ, ਰੈਸਪੀ ਪਾਸ ਹੈ, ਜ਼ਬਰਦਸਤ। ਇਹ ਜਨਾਬ ਅਸਾਂ ਤਿਆਰ ਹੋਈਆਂ ਸੀ, ਹੁਣ ਅਸਾਂ ਖਾਣ ਡੇ ਹਾਂ, ਅਤੇ ਬਾਕੀ ਅਗਰ ਤੁਸੀਂ ਵੀਡੀਓ ਪਸੰਦ ਆਈ ਹੈ ਇਸਕੀ ਲਾਈਕ ਔਰ ਚੈਨਲ ਕੀ ਸਬਸਕ੍ਰਾਈਬ ਕਰ ਛੱਡੋ, ਬਾਕੀ ਚੈੱਕ ਕਰੋ ਹਨੇਰਾ ਪੈ ਗਿਆ ਤਾਂ ਇਸ ਵਜ੍ਹਾ ਤੋਂ ਅਸਾਂ ਕਿਹਾ ਕਿ ਹੁਣ ਇਸ ਵੀਡੀਓ ਨੂੰ ਇੱਥੇ ਐਂਡ ਕਰ ਛੱਡੀਏ।